ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ 4 ਮਾਰਚ ਤੋਂ ਲੈ ਕੇ 8 ਮਾਰਚ ਤੱਕ ਚੱਲਣ ਵਾਲਾ ਚੋਲਾ ਸਾਹਿਬ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਹੁਸ਼ਿਆਰਪੁਰ ਦੇ ਖੰਡਾਲਾ ਸੈਣੀਆਂ ਤੋਂ ਪੈਦਲ ਚੱਲ ਕੇ ਸੰਗਤ ਡੇਰਾ ਬਾਬਾ ਨਾਨਕ ਦੇ ਸ਼੍ਰੀ ਚੋਲਾ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਨਤਮਸਤਕ ਹੁੰਦੀ ਹੈ, ਜਿਸ ਦੇ ਸੰਬੰਧ ਵਿੱਚ ਡੇਰਾ ਬਾਬਾ ਨਾਨਕ ਸ਼ਹਿਰ ਦੇ ਵਿੱਚ ਸਾਫ਼ ਸਫਾਈ ਦੇ ਕੰਮ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ, ਜਿਸ ਦੇ ਚੱਲਦਿਆਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਆਪ ਝਾੜੂ ਫੜ ਕੇ ਸਫਾਈ ਕਰਮਚਾਰੀਆਂ ਦੇ ਨਾਲ ਸਫਾਈ ਵਿੱਚ ਹੱਥ ਵੰਡਾਇਆ ਗਿਆ। ਰੰਧਾਵਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਪੈਦਲ ਚੱਲ ਕੇ ਆਉਣ ਵਾਲੀ ਸੰਗਤ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾਵੇਗਾ। ਰੰਧਾਵਾ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਚੋਲਾ ਸਾਹਿਬ ਅਤੇ ਸ਼੍ਰੀ ਮੰਡੀ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਪਰ ਹੁਣ ਜਿਹੜੀ ਫਾਈਨਲ ਪ੍ਰਧਾਨ ਜੀ ਨੇ ਅਤੇ ਸਾਰੇ ਕਮੇਟੀ ਮੈਂਬਰਾਂ ਨੇ ਪੀ ਓ ਸਾਹਿਬ ਨੇ ਕਿਹਾ ਸੀ ਕਿ ਇੱਕ ਵਾਰ ਦੇਖ ਲਈਏ ਅਪੀਲ ਆ ਉਹਦੀ ਅਸੀਂ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਆ ਕਿ ਮੇਲੇ ਦੇ ਦੌਰਾਨ ਵੀ ਕੋਈ ਗੰਦ ਨਾ ਸ਼ਹਿਰ ਦੇ ਵਿੱਚ ਪਵੇ। ਵਲੰਟੀਅਰ ਤਿਆਰ ਕਰਾਂਗੇ ਅਤੇ ਜਿਹੜੇ ਲੰਗਰ ਵੀ ਜਿਹੜੇ ਲੱਗਣਗੇ ਜਾਂ ਮੋਕੀ ਵੀ ਹੋਏਗੀ ਅਤੇ ਰਾਤ ਨੂੰ ਸਾਰਾ ਕੁਝ ਸਾਫ਼ ਕਰਕੇ ਦਿਓ ਨੇ ਫਿਰ ਉਸ ਤਰ੍ਹਾਂ ਸਾਫ਼ ਸੁਥਰੇ ਸੀ ਔਰ ਮੇਰੇ ਖਿਆਲ 25 ਤੋਂ 30 ਜਿਹੜੇ ਸੇਵਾਦਾਰ ਅਸੀਂ ਕੰਮ ਕਰ ਰਹੇ ਭਾਈ ਸੇਵਾ ਜਿਹੜੇ ਬਹੁਤ ਮਿਹਨਤ ਕੀਤੀ ਆ ਕਿ ਮਿਹਨਤ ਮੈਂ ਕਹੂੰਗਾ ਜਿਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅਸੀਂ ਕੀਤਾ। ਵੇਖੋ ਦੋ ਪਾਸਿਆਂ ਤੋਂ ਸੰਗ ਆਉਂਦਾ ਡੇਰਾ ਬਾਬਾ ਨਾਨਕ ਔਰ ਬਹੁਤ ਤਾਦਾਦ ਦੇ ਵਿੱਚ ਸੰਗਤ ਹੁੰਦੀ ਹੈ ਅਤੇ ਉਹਨਾਂ ਦੇ ਲਈ ਸਵਾਗਤ ਲਈ ਸਾਨੂੰ ਇਹ ਜਿਹੜੀ ਸਫਾਈ ਮੇਨ ਜਿਹੜੀ ਹੈ ਇਹ ਹਰ ਸਾਲ ਦੀ ਬਜਾਏ ਮੈਂ ਕਹਿੰਦਾ 6 ਮਹੀਨੇ ਬਾਅਦ ਹੋਣੀ ਚਾਹੀਦੀ ਹੈ ਕਿ ਗੰਦ ਇੰਨਾ ਨਾ ਪਾਉਂਦਾ। ਮੈਂ ਆਪਣੇ ਕੈਪਟਨ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਜੀ ਡੇਰਾ ਬਾਬਾ ਨਾਨਕ ਦੇ ਲਈ ਸੀਵਰੇਜ ਦਾ ਜਿਹੜਾ ਇਹ ਬੜਾ ਮਾੜਾ ਹਾਲ ਆ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਦੂਜਾ ਪਿੰਡ ਸਾਡੇ ਨਾਲ ਲੱਗਦਾ ਅਤੇ ਸਾਡੀ ਜਿਹੜੀ ਡਿਮਾਂਡ ਜਿਹੜੇ 3-4 ਪਿੰਡ ਨੇ ਇਹਨਾਂ ਦੀ ਆਪਣੀ ਕੋਈ ਆਮਦਨ ਨਹੀਂ ਕੋਈ ਇਹਨਾਂ ਦੀ ਜ਼ਮੀਨ ਨਹੀਂ ਕੋਈ ਗੰਦ ਬਹੁਤ ਨਹੀਂ ਤਾਂ ਮੇਰੇ ਉਹਨਾਂ ਪਿੰਡਾਂ ਨੂੰ ਨਾਲ ਡੇਰਾ ਬਾਬਾ ਨਾਨਕ ਦੀ ਸਵਾਈ ਦੇਖੋ ਜਿੰਨਾ ਚੋਲਾ ਸਾਹਿਬ ਦੇ ਉੱਤੇ ਸੰਗਤ ਆਉਂਦੀ ਹੈ ਅਤੇ ਸਾਨੂੰ ਅਤੇ ਸਾਰੇ ਇਲਾਕੇ ਨੂੰ ਬਹੁਤ ਵੱਡਾ ਗੁਰੂ ਨਾਨਕ ਦੇਵ ਸਾਹਿਬ ਦਾ ਜਿਹੜੀ ਹੈ ਸੰਦੇਸ਼ ਮਿਲਦਾ ਲੋਕ ਪੈਦਲ ਚੱਲ ਕੇ ਅਤੇ ਇੱਥੇ ਨਤਮਸਤਕ ਹੋਣ ਲਈ ਆਉਂਦੇ ਨੇ ਅਤੇ ਸਾਨੂੰ ਉਹਨਾਂ ਦੇ ਅੱਗੇ ਪਲਕਾਂ ਵਿਛਾ ਕੇ ਉਹਨਾਂ ਦਾ ਸਵਾਗਤ ਕਰਨਾ ਬਹੁਤ ਸਾਡੀ ਕੋਸ਼ਿਸ਼ ਹੈ ਔਰ ਸ਼ਹਿਰ ਵਾਸੀ ਵੀ ਹਮੇਸ਼ਾ ਆਪਣੇ ਸਾਰੇ ਘਰ ਵੀ ਖੋਲ੍ਹ ਕੇ ਰੱਖ ਦਿੰਦੇ ਨੇ ਕਿ ਜਿਹੜੀ ਸੰਗਤ ਜਿੱਥੇ ਮਰਜ਼ੀ ਰਹੇ ਜਿਵੇਂ ਮਰਜ਼ੀ ਇਹ ਵਾਕਈ ਬੜਾ ਵੱਡਾ ਸਾਡੇ ਲਈ ਦੇਣ ਦੇ ਰਿਹਾ ਔਰ ਬੜਾ ਸਤਿਕਾਰ ਵਾਲਾ ਦੇ ਰਿਹਾ ਸਫਾਈ ਦਾ ਪੂਰਾ ਖਿਆਲ ਰੱਖਣਾ ਮੈਡੀਕਲ ਕੈਂਪ ਵੀ 24 ਘੰਟੇ ਰਹਿਣਗੇ 2 ਐਂਬੂਲੈਂਸ ਇੱਥੇ ਜਿਹੜੀਆਂ ਪਰਮਾਨੈਂਟ ਇੱਥੇ ਖੜੀਆਂ ਰਹਿਣਗੀਆਂ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਕਿ ਤਾਂ ਕਿ ਲੋਕਾਂ ਨੂੰ ਕੋਈ ਵੀ ਇਹੋ ਜਿਹੀ ਚੀਜ਼ ਨਾ ਆਵੇ ਕਿ ਜਦੋਂ ਇੰਨਾ ਪੈਦਲ ਚੱਲ ਕੇ ਆਉਂਦੇ ਨੇ ਅਤੇ ਥਕਾਵਟ ਹੋਈ ਹੁੰਦੀ ਹੈ ਕਈਆਂ ਨੂੰ ਟੈਂਪਰੇਚਰ ਹੋ ਜਾਂਦਾ ਇਹ ਹਰ ਮੈਡੀਸਿਨ ਜਿਹੜੀ ਆ ਅਸੀਂ ਅਵੇਲੇਬਲ ਕੀਤੀ ਕਿ ਕਿਸੇ ਨੂੰ ਖਰੀਦਣੀ ਨਾ ਪਏ ਉਹ ਸਰਕਾਰ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਜਿਹੜੀ ਉਹਨੇ ਵਾਰਾ ਕੀਤਾ ਉਹ ਅਸੀਂ ਪੂਰਾ ਕਰਾਂਗੇ।
ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਕਵਲਜੀਤ ਸਿੰਘ, ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।